देखो तुसी हुण साडी रोड च जमीन आ गई, मुआवजा भी पूरा नहीं मिलता, जमीन भी ले ली, असी तो उजड़ गए ना। तुहानू पता ही है जी, हुण एक एक बोर भी 700-700 फुट डूंघा कराया, बोर कराया, अद्धी क जमीन इधर रह गई, अद्धी कराया इधर रह गई। जिहड़ा मुआवजा दिता ਉਹ ਮੁਆਵਜ਼ਾ ਘੱਟ ਦਿੱਤਾ। ਉਹ ਸਾਡੀਆਂ ਜ਼ਮੀਨਾਂ, ਸਾਡੇ ਪਸਤਾਨੀ ਜ਼ਮੀਨਾਂ, ਸਾਨੂੰ ਹੱਕ ਜਿੰਨਾ ਹੈ ਸਾਨੂੰ ਮਿਲਣਾ ਚਾਹੀਦਾ, ਅਸੀਂ ਮੰਗ ਨਹੀਂ ਹੈ, ਸਾਡੇ ਹੱਕ। ਹਾਲੇ ਕੁਝ ਦਿਨ ਪਹਿਲਾਂ ਹੀ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਸੀ ਅਤੇ ਆਪਣੀਆਂ ਮੰਗਾਂ ਸਰਕਾਰ ਕੋਲੋਂ ਮਨਵਾ ਲਈਆਂ ਸੀ, ਪਰ ਹੁਣ ਇੱਕ ਵਾਰ ਫਿਰ ਤੋਂ ਕਿਸਾਨ ਸੜਕਾਂ 'ਤੇ ਹੈ। ਪਰ ਜਗ੍ਹਾ ਇਸ ਵਾਰ DC ਦਫ਼ਤਰ ਮੋਹਾਲੀ ਹੈ ਅਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਧਰਨਾ ਜਿਹੜਾ 18 ਮਈ ਤੋਂ ਲਗਾਤਾਰ ਜਾਰੀ ਹੈ। ਮਸਲਾ ਇੱਥੇ ਇਹ ਹੈ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਪ੍ਰੋਜੈਕਟ ਭਾਰਤਮਾਲਾ ਦੇ ਅਧੀਨ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨਾਂ ਲਈਆਂ ਜਾ ਰਹੀਆਂ ਨੇ, ਪਰ ਕਿਸਾਨਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਜ਼ਮੀਨ ਜਿਹੜੀ ਹੈ ਉਹਦੇ ਸਹੀ ਭਾਅ ਬਿਲਕੁਲ ਵੀ ਨਹੀਂ ਮਿਲ ਰਹੇ। ਵਿਸ਼ਾ ਇਹ ਹੈ ਜੀ ਵੀ ਜਿਹੜਾ ਭਾਰਤਮਾਲਾ ਪ੍ਰੋਜੈਕਟ ਰਾਹੀਂ ਸਾਰੇ ਜ਼ਿਲ੍ਹਿਆਂ 'ਚੋਂ, ਵੈਸੇ ਤਾਂ ਪੂਰੇ ਪੰਜਾਬ 'ਚੋਂ ਇਹ ਰੋਡ ਨਿਕਲ ਰਹੇ ਨੇ, ਜਿਹੜੇ ਰੋਡ ਨੇ ਉਸਦੇ ਵਿਸ਼ੇ 'ਚ ਹੈ ਜਿਹੜਾ ਉਹਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਉਹ ਕਿਸਾਨਾਂ ਨੂੰ ਮਤਲਬ ਜਿਹੜੀ ਮਾਰਕੀਟ ਵੈਲਿਊ ਹੈ ਉਹ ਤੋਂ ਘੱਟੋ ਘੱਟ ਵੀ 10 ਗੁਣਾ ਘੱਟ ਦਿੱਤਾ ਜਾ ਰਿਹਾ ਹੈ। ਜਿਹੜੀ ਕੀਮਤ ਘੱਟੋ ਘੱਟ ਅੱਜ ਤੋਂ 10 ਸਾਲ ਪਹਿਲਾਂ ਹੁੰਦੀ ਸੀਗੀ, ਉਸ 'ਤੇ ਮਤਲਬ ਸਰਕਾਰ ਸਾਡੀਆਂ ਜ਼ਮੀਨਾਂ ਧੱਕੇ 'ਤੇ NHAI ਨੂੰ ਅਕੁਆਇਰ ਕਰਕੇ ਦੇਣਾ ਚਾਹੁੰਦੀ ਹੈ। ਪਰ ਜਿਹੜੀ ਅੱਜ ਦੀ ਪੂਰੇ ਜ਼ਿਲ੍ਹੇ ਮੋਹਾਲੀ ਦੀ ਜ਼ਮੀਨਾਂ ਦੀ ਵੈਲਿਊ ਹੈ ਉਹ ਘੱਟੋ ਘੱਟ ਵੀ 8 ਤੋਂ 10 ਕਰੋੜ ਰੁਪਈਆ ਹੈ। ਕਈ ਪਿੰਡਾਂ ਦੇ ਵਿੱਚ ਇਹਨਾਂ ਨੇ 8 ਤੋਂ 10 ਕਰੋੜ ਰੁਪਈਆ ਰੋਡ ਦੇ ਵਾਸਤੇ ਦਿੱਤਾ ਵੀ ਹੈ, ਕਈਆਂ ਨੂੰ 1 ਕਰੋੜ ਦਿੱਤਾ ਹੈ। ਸਾਡੀ ਤਾਂ ਡਿਮਾਂਡ ਇਹੀ ਸ਼ੁਰੂ ਤੋਂ ਚੱਲਦੀ ਆ ਰਹੀ ਹੈ 2 ਸਾਲ ਤੋਂ ਕਰੀਬ ਕਰੀਬ, ਵੀ ਜਦੋਂ ਪੂਰੇ ਜ਼ਿਲ੍ਹੇ ਮੋਹਾਲੀ ਦੀ ਜ਼ਮੀਨ ਦੀ ਵੈਲਿਊ 1 ਹੈ ਤਾਂ ਫਿਰ 1 ਜ਼ਿਲ੍ਹਾ 1 ਰੇਟ ਹੋਣਾ ਚਾਹੀਦਾ। ਇਹੀ ਸਾਡੀ ਡਿਮਾਂਡ 'ਤੇ ਅਸੀਂ ਜਿਹੜਾ ਇਹ ਧਰਨਾ ਲਾਇਆ ਹੋਇਆ। ਰੋਡ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਵੀ ਆਪਣਾ ਟੋਟਲੀ ਤੌਰ 'ਤੇ ਆਪਣੀ ਸਪੋਰਟ ਕਰ ਰਿਹਾ ਹੈ। ਜਿਹੜਾ ਆਪਣਾ ਸਮਾਜ ਮੋਰਚਾ ਹੈ ਉਹ ਵੀ ਟੋਟਲੀ ਤੌਰ 'ਤੇ ਆਪਣੀ ਮਦਦ ਕਰ ਰਿਹਾ, ਕਿਉਂਕਿ ਜਿਹੜੀ ਟੋਟਲੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ 1-1 ਮੈਂਬਰ ਬਣਾ ਕੇ ਹੀ ਆ ਰੋਡ ਸੰਯੁਕਤ ਕਿਸਾਨ ਕਮੇਟੀ ਬਣਾਈ ਗਈ ਹੈ। ਉਹਦੇ ਵਿੱਚ ਘੱਟੋ ਘੱਟ ਵੀ 10 ਮੈਂਬਰ ਨੇ ਜਿਹੜੇ ਉਹ ਕਿਸਾਨ ਨੇ ਜਿਨ੍ਹਾਂ ਦੀ ਪੂਰੀ ਜਿਨ੍ਹਾਂ ਦੀ ਰੋਡਾਂ ਦੇ ਵਿੱਚ ਜ਼ਮੀਨ ਆ ਰਹੀ, ਉਹ 5 ਪਿੰਡਾਂ ਦਾ 1 ਮੈਂਬਰ ਰੱਖਿਆ ਗਿਆ ਵੀ ਜਿਹੜਾ ਡਿਸੀਜਨ ਲੈ ਸਕੇ। ਅਸੀਂ ਕੱਲ੍ਹ 18 ਤਾਂ ਆਪਣੀ ਕੋਰ ਕਮੇਟੀ ਦੀ ਮੀਟਿੰਗ ਕਰਕੇ ਐਲਾਨ ਕੀਤਾ, ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਵੀ ਜੇਕਰ 30 ਤਰੀਕ ਤੋਂ ਪਹਿਲਾਂ ਸਾਡੇ ਮਸਲੇ ਹੱਲ ਨਹੀਂ ਹੋ ਜਾਂਦੇ, 1 ਜ਼ਿਲ੍ਹਾ 1 ਰੇਟ 'ਤੇ ਜੇਕਰ ਪ੍ਰਸ਼ਾਸਨ ਦੇ ਹੱਥ ਵਿੱਚ ਕੋਈ ਗੱਲ ਨਹੀਂ ਹੈ ਤਾਂ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਸਪੈਸ਼ਲ ਤੌਰ 'ਤੇ ਇਸ ਰੋਡਾਂ ਦੇ ਸੰਬੰਧ ਦੇ ਵਿੱਚ ਰੋਡ ਸੰਯੁਕਤ ਕਿਸਾਨ ਕਮੇਟੀ ਦੀ ਮੀਟਿੰਗ ਕਰਾਈ ਜਾਵੇ, ਨਾ ਹੀ ਫਿਰ ਆਪਣਾ 30 ਤਰੀਕ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਸਮੂਹ ਕਿਸਾਨ ਜਿੰਨੇ ਵੀ ਪੀੜਤ ਨੇ ਆਪਣੀਆਂ ਟਰੈਕਟਰ ਟਰਾਲੀਆਂ ਨਾਲ DC ਦਫ਼ਤਰ ਨੂੰ ਪੱਕੇ ਜਿੰਦਰੇ ਲਾਵਾਂ। ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਸਾਨੂੰ ਸਾਰੀ ਜਥੇਬੰਦੀਆਂ ਦਾ ਸਹਿਯੋਗ ਤਾਂ ਮਿਲ ਰਿਹਾ ਹੈ, ਪਰ ਧਰਨੇ ਦੀ ਸ਼ੁਰੂਆਤ ਵੇਲੇ ਪ੍ਰਸ਼ਾਸਨ ਨੇ ਉਹਨਾਂ ਦੇ ਟੈਂਟ ਵੀ ਪੁੱਟ ਦਿੱਤੇ ਸੀ, ਜਿਸ ਕਾਰਨ ਹੁਣ ਉਹ ਇਸ ਜਗ੍ਹਾ 'ਤੇ ਪੱਕਾ ਧਰਨਾ ਲਾ ਕੇ ਬੈਠ ਗਏ ਨੇ। ਇਹ ਮੋਹਾਲੀ ਜ਼ਿਲ੍ਹਾ ਗਾ, ਇਹ ਤਕਰੀਬਨ ਰਾਜਧਾਨੀ ਹੋਏ ਚੰਡੀਗੜ੍ਹ ਦੀ, ਵੀ ਸਾਨੂੰ ਤਾਂ ਚੰਡੀਗੜ੍ਹ ਦੇ ਬੇਸ 'ਤੇ ਇਹ ਦਿੱਤੇ ਜਾਣ ਜੀ ਆਪਣਾ ਉਹਨਾਂ ਨੇ ਪ੍ਰੋਜੈਕਟ ਪੂਰਾ ਕਰਨਾ, ਇਹ ਵੀ ਪੂਰੇ ਜ਼ਿਲ੍ਹੇ ਨੂੰ 1 ਰੇਟ ਦਿੱਤੇ ਜਾਣ, ਵੀ ਕੋਈ ਵਿਤਕਰਵਾਜੀ ਨਾ ਕੀਤੀ ਜਾਵੇ ਕਿ 1 ਪਿੰਡ ਨੂੰ ਘੱਟੋ ਘੱਟ ਵੀ 3-3 ਕਰੋੜ ਦਾ ਫਰਕ ਹੈਗਾ, ਕਈਆਂ 'ਚ ਤਾਂ ਬਹੁਤਾ ਹੀ ਫਰਕ ਹੈਗਾ। ਪਰ ਮੈਂ ਸਾਡੀ ਤਾਂ ਮੰਗ ਇਹੀ ਹੈਗੀ ਪ੍ਰਸ਼ਾਸਨ ਤੋਂ ਵੀ ਆ ਸਰਕਾਰ ਤੋਂ ਵੀ ਸਾਨੂੰ 1 ਰੇਟ ਦਿੱਤਾ ਜਾਵੇ ਜੀ। ਕਿੰਨੇ ਦਿਨ ਹੋ ਗਏ ਜੀ ਇਸ ਧਰਨਾ ਸ਼ੁਰੂ ਹੋਏ ਨੂੰ, ਅਤੇ ਕਿੰਨੇ ਦਿਨ ਹੋ ਗਏ ਨੇ ਜਿਸ ਧਰਨਾ ਸ਼ੁਰੂ ਹੋਏ ਨੇ, ਅਤੇ ਉਸ ਤੋਂ ਇਲਾਵਾ ਜਿਹੜੇ ਧਰਨਾ ਸ਼ੁਰੂ ਕਰਨ ਵੇਲੇ ਕਿਹੜੀ ਕਿਹੜੀ ਜਥੇਬੰਦੀ ਜਿਨ੍ਹਾਂ ਨੇ ਤੁਹਾਡੇ ਨਾਲ ਸਹਿਯੋਗ ਕੀਤਾ? ਸਹਿਯੋਗ ਤਾਂ ਸਾਰੇ ਜਿੰਨੇ ਵੀ ਆਪਣੇ ਦਿੱਲੀ 'ਚ ਵੀ ਉਹ ਸਾਰਿਆਂ ਨੇ ਸਹਿਯੋਗ ਕੀਤਾ ਕਰ ਰਹੀਆਂ ਜੀ, ਬਾਕੀ ਪਿੰਡਾਂ ਦੇ ਵੀ ਸਾਰੇ ਸਹਿਯੋਗ ਕਰ ਰਹੇ ਨੇ, ਪਰ ਸਾਡਾ ਤਾਂ ਸਾਰੇ ਸਹਿਯੋਗ ਕਰਨੇ ਨੇ ਕਰ ਰਹੇ ਨੇ, ਅਤੇ ਬਾਕੀ ਤਾਂ ਜੀ ਪ੍ਰਸ਼ਾਸਨ ਨੇ ਕਰਨਾ। ਸਾਡੀ ਤਾਂ 1 ਮੰਗ ਹੈ ਜੀ ਵੀ ਜੇ ਪ੍ਰਸ਼ਾਸਨ ਨਹੀਂ ਕਰਦਾ ਸਕਦਾ ਤਾਂ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਾਇਆ ਜਾਵੇ, ਇਹੀ ਬੇਨਤੀ ਹੈ ਅਸੀਂ ਤਾਂ ਕਰਦੇ ਹਾਂ ਪ੍ਰਸ਼ਾਸਨ ਅੱਗੇ ਵੀ, ਅਤੇ ਸਾਨੂੰ ਮੁੱਖ ਮੰਤਰੀ ਨੂੰ ਮੀਟਿੰਗ ਕਰਾਈ ਜਾਵੇ ਸਾਡੀ, ਜੋ ਕਿ ਸਾਡੇ ਮਸਲੇ ਹੱਲ ਕੀਤੇ ਜਾਣ। ਕਿੰਨੇ ਦਿਨ ਤੋਂ ਤੁਸੀਂ ਇੱਥੇ ਬੈਠੇ ਹੋ? ਸਾਡਾ ਤਕਰੀਬਨ 2 ਸਾਲ ਹੀ ਹੋ ਗਏ ਜੀ ਇੱਥੇ, ਤਾਂ 2 ਸਾਲ ਹੋ ਗਏ ਹੁਣ ਜਿਹੜੀ ਇਹ ਸਰਕਾਰ ਆਈ ਹੈ, ਹੁਣ ਵੀ ਅਸੀਂ 18 ਤਰੀਕ ਤੋਂ ਇਹ ਸਰਕਾਰ ਦੇ ਵੀ ਬੈਠੇ ਹੈਗੇ। ਪਹਿਲਾਂ ਉੱਧਰ ਧਰਨਾ ਉੱਥੇ ਲੱਗੇ ਸੀ ਟੈਂਟ ਲਾਉਣ, ਉੱਧਰੋਂ ਇੱਥੇ SDM ਆਏ, ਸਾਡਾ ਪੁਲਿਸ ਪ੍ਰਸ਼ਾਸਨ ਦੇ ਨਾਲ ਲਾ ਕੇ ਸਾਡਾ ਟੈਂਟ ਪੁੱਟਦਾ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਜ਼ਿਮੀਂਦਾਰ ਹੈਗੇ, ਅਸੀਂ ਤਾਂ ਧੁੱਪਾਂ 'ਚ ਰਹਿਣ ਹਿਲੇ ਹੋਏ ਹਾਂ ਜੀ, ਅਸੀਂ ਵੀ ਅਸੀਂ ਤਾਂ ਇੱਥੇ ਮਰ ਜਾਵਾਂਗੇ, ਇੱਥੇ ਬੈਠਾਂਗੇ, ਉੱਪਰੇ ਬੈਠ ਜਾਵਾਂਗੇ ਜਦ ਤੱਕ ਸਾਡੇ
किसानों के हक नहीं मिलते। क्यों देखो तुसी हुण साडी रोड च जमीन आ गई, मुआवजा भी पूरा नहीं मिलता, जमीन भी ले ली, असी तो उजड़ गए ना, एक किस्म के उजड़े गए। जे साडी रोड च किला किसी अद्धा किला या दो किले आ गई, क्या करूगा किसान ते उन्हां दे बच्चे की करनगे? सानू आने वाली पीढ़ी सानू तो सानू गालां कढूगी ना जी भी असी की सानू साडे मां बापा ने करके दिता, क्यों असी भी तो पिछले से विरासत है कि साडी असी संभाली भी हुण तक साडी भी 65 साल उम्र हो गई, असी भी बहुत तंगिया कट्टिया, क्यों इतने इस इलाके पानी नहीं सी, कुछ नहीं सी, हुण जे कुछ माड़ा मोटा होण लग्या तां वैसे असी जो कुछ हिले किए हैं इस एरिए असी कोई मोटर का बंदोबस्त कोई पानी का कुछ भी किया, जे रोटी खाण लग्या तां फिर उजाड़न लग गए सानू इत्थों, क्यों तुहानू पता ही है जी हुण एक एक बोर भी 700-700 फुट डूंघा कराया, बोर कराया अद्धी क जमीन इधर रह गई, अद्धी कराया इधर रह गई, जिहड़ा मुआवजा दिता वो मुआवजा घट दिता, वह तो असी तो उजड़े गए जी किस्मत जी बिल्कुल है जी। देखो जी कोई भी अपना प्रोटेक्ट होंदा, मतलब फैक्ट्रियां दा ला लो, एक बिस्कुट दा ला लो, उन्हां दा एक फैक्ट्री दा मालक तय करदा भी ये साडा 10 रुपए दा प्रोजेक्ट है, हुण साडियां जमीनां साडे पुस्तानी जमीनां सानू हक जिन्ना है सानू मिलना चाहिए, असी मंग नहीं है साडे हक ने, तो अणगोलियां सरकारां कर रहियां, एक पासे तां किसानां नूं कहिंदे ने भी देश दी रीढ़ दी हड्डी है, एक पासे उन्हां नूं कदे बदनाम पाणियां दे नाउं ते कीता जांदा, कदे धुआं दे नाउं ते कीता जांदा, कदे प्रदूषण दे नाउं ते कीता जांदा, कदे जीरियां दे, कदे कासे दे, कदे जमीनां दे, कदे तंग परेशान कीता जांदा, फिर इहनूं क्यों कहिंदे, क्यों किताबां विच दसी जांदे रीढ़ दी हड्डी है किसान, ऊँ इन्हां नूं छड़का छड़कूर करके मार दिओ, होरां नूं जिहड़ा इंडस्ट्री कारपोरेट घराणां नूं इही देश दी तरक्की कर सकण, फिर किसानां नूं क्यों कहिंदे? हरेक चीज़ वास्ते सानूं धरने लाउणा पैंदा, कदे रेट वास्ते कमी MSP वास्ते, कदे पानिया दे मुद्दे दे, कदे गन्नियां दे मुद्दे दे, कि चीज़ वास्ते किसानों ने धरना नहीं लाया जमीन, अज अपनी जमीन के रेट पिछे भी सानू धरना लाना पै रहा, 6 दिन हो गए इत्थे बैठे नूं, धुप ना छां पानी बरसात आ टेंट पाड़ते, कोई प्रबंध पानी का नहीं, कोई प्रबंध लैटरिंग का नहीं, कोई प्रबंध चाह होर दा लाइट का नहीं है, प्रशासन के दर ते बैठे, DC ऑफिस जिले का मालक ने इहदा दर ते बैठे, कोई परवाह नहीं उन्होंने है, साढ़े बजुर्ग बैठे हैं सियाने साढ़े 80-80 साल के 70-70 साल के, की गल असी गनाह करता इतने इंडिया जन्म लेके, साढ़े नाल इदा हो रही है, ये शर्मानी चाहिए सरकारी अफसर ने जिहड़े ये सानू धक्का कर रहे हैं, साढ़े नाल साढ़े पैसों के पालन वाले, साढ़े पैसों के टैक्स के प्रॉपर्टी के टैक्स साढ़िया के लेके तनखाह लेन वाले बड़े बड़िया बिल्डिंगों के बैठ के करने वाले सानू तंग कर रहे हैं, ये जिम्मेवार ने प्रशासन जिम्मेवार है, कल भी कोई इतने कोई मिसहैपनिंग होंगी है कोई घटना होंगी है तो प्रशासन जिम्मेवार है। किसानों अनुसार सरकार नूं एक हफ्ते का समा दिता गया है, तो जेकर उन्हां दीआं मंगां ते कोई सुनवाई नहीं हुंदी है तो 30 तरीक नूं किसान DC दफ्तर नूं पक्के जिंदरे ला देणगे, ते मंगां पूरियां ना होण तक संघर्ष चलेगा।